बिस्मिल्लाहिर्रहमानिर्रहीम, अस्सलाम वालेकुम मेरे यूट्यूब फैमिली भैन भाई, वेलकम कर दिया तुहाडा अपना चैनल है। इन्हें ज़्यादा तो ज़्यादा शेयर करना, लाइक करना। अगर तुम साडे चैनल पर नए हो जरूर सबसक्राइब करना, बैल बटन प्रेस कर लो ताकि साड़ी हर आने वाली नई वीडियो की नोटिफिकेशन बर वक्त पाती रहे। देखा जा एक दूसरा खा ला कम हो गया बुखार खाने दिन हो गया, बहुत तेज बुखार है। मैं केक खा ला बुखार पानी लाके आ जा। मैं दो बारी पी के गया सी ते एक बारी हुण पी लिया, तीसरी बारी पीण डिया। थोड़ा जा ही लेके आए। दवाई पी फरहान अली ने बुखार हो गया सी, तो बहुत तेज बुखार सी ते रोई जांदा सी। हुण दवाई लिया के दित्ती आ, मैं दवाई दे के ते सुला दित्ता है, थोड़ी देर सो गया। बच्चे होमवर्क करदे पए ने, अज इतवार सी ते पढ़ नहीं गए, ट्यूशन नहीं गए, ते जिहड़ा रहिंदा अपना स्कूल दा काम उह लिखदे पए ने। ते हुण फरहान लई थोड़ी देर आराम करदा, मैं रोटी बना लवां फटाफट। नबी पाक सल्लल्लाहु अलैहि वसल्लम का नाम लिखा, वो आराम नाल उत्थे रख दी, उत्थे अपना कितने उच्ची जगह पर रख दे। हाँ जी, फाड़ के ना सिटिया करो पुत थले निका कमला जहाज बना रहा, तू उत्थे कट्ठे करके रखे, तो उन्होंने फूल फूल के इन्नी मैं बिचों कढ़े अल्लाह ताला दे उत्थे नाम लिखा। हज़रत मुहम्मद सल्लल्लाहु अलैहि वसल्लम की वालदा का क्या नाम है, हज़रत मुहम्मद सल्लल्लाहु अलैहि वसल्लम के वालद का क्या नाम है, ਉਹਨੂੰ ਨਹੀਂ ਸੀ ਨਾ ਪਤਾ ਹੈ ਨਾ, ਉਹਨੇ ਕਿਹਾ ਪੁਰਾਣੀ ਕਾਪੀ ਆ। ਹਾਂਜੀ, ਕਾਪੀ ਪਿਛਲੇ ਸਾਲ ਵਾਲੀ ਪਾੜ ਕੇ ਨਾ ਜਹਾਜ਼ ਬਣਾਉਂਦਾ ਰੋ, ਸਾਰੇ ਫਿਰ ਚੁੱਕ ਕੇ ਮੈਂ ਉਧਰ ਬਰਾਮਦੇ ਦੀ ਛੱਤ ਵਿੱਚ ਗਾਰਡਨ ਦੇ ਉੱਤੇ ਰੱਖੇ। ਹਾਂ ਨਹੀਂ ਇਹਦੇ ਆਣਾ ਦੀ ਖਿਆਲ ਕਰਿਆ ਕਰ, ਭਾਈ ਨੂੰ ਨਾ ਦੱਸਿਆ ਕਰੋ ਵੀ ਆਹ ਨਾ ਫਾੜੀ ਕਾਪੀ, ਗਨਾਹ ਹੁੰਦਾ ਪੁੱਤ। ਮੈਂ ਵੀ ਹੁਣ ਇੱਥੇ ਦੀਵਾਰ 'ਚ ਕਿਤੇ ਦੇ ਕੇ ਆਉਂਦੀ ਹਾਂ। ਮੈਂ ਮੈਨੂੰ ਫਰਹਾਨ ਵਾਲੀ ਨੂੰ ਦਵਾਈ ਪਿਆ ਦਿੱਤੀ ਹੈ, ਅਤੇ ਹੁਣ ਮਾਮਾ ਰੋਟੀ ਪਕਾਉਂਦੀ ਹੈ। ਮੈਂ ਇਹ ਦੋਨੇ ਦਵਾਈਆਂ ਉਹਨੂੰ ਦੇ ਦਿੱਤੀਆਂ। ਦੋਨੋਂ ਨਹੀਂ ਪੁੱਛ ਦਿੱਤੀਆਂ, ਇੱਕ ਦਿੱਤੀ ਆ ਅਤੇ ਇੱਕ ਜਿਹੜੀ ਉਹ ਐਂਟੀਬਾਇਟਿਕ ਸੀ ਨਾ, ਉਹ ਪਾਣੀ ਬਾਦ ਕੇ ਅਤੇ ਫਿਰ ਵਿੱਚ ਬਣਾਉਣ ਵਾਲੀ ਆ। ਉਹ ਮੈਂ ਥੋੜ੍ਹੀ ਦੇਰ ਅੱਧਾ ਘੰਟਾ ਠਹਿਰ ਕੇ ਨਾ ਫਿਰ ਦੇਣੀ ਸੀ, ਉਹ ਸੋ ਗਿਆ, ਫਿਰ ਬੁਖਾਰ ਬਹੁਤ ਤੇਜ਼ ਸੀ ਨਾ, ਤਾਂ ਇਸ ਕਰਕੇ ਸੋ ਗਿਆ। ਦਵਾਈ ਦਿੱਤੀ ਆ ਅਤੇ ਉਹ ਸੁੱਤਾ ਮਸਾ ਉੱਠਦਾ ਨਾ ਫਿਰ।
ਨਾਲੇ ਕੋਈ ਚੀਜ਼ ਖਿਲਾ ਕੇ ਨਾ ਕੇਕ ਫਿਰ ਦੇਵਾਂਗੇ। ਮੈਂ ਉੱਥੇ ਜਾਂਦਿਆਂ ਤੱਕ ਵੀ ਇਹਦਾ ਰੋਣਾ ਮੂੰਹ ਹੋਇਆ ਸੀ ਡਾਕਟਰ ਦੇ ਕੋਲ ਜਾਂਦਿਆਂ ਤੱਕ ਸੁਣ ਕੇ ਜਮਾਂ ਰੋਣ ਵਾਲਾ ਮੂੰਹ ਹੋਣਾ ਸੀ ਅਤੇ ਤਾਂਹੀਓ ਤਾਂ ਪੁੱਤ ਤਿੰਨ ਪਿੱਛੇ ਬਿਠਾਇਆ ਸੀ ਮੈਂ ਕਿਹਾ ਚੱਲ ਇਹਨੂੰ ਨਾ ਪਿੱਛੇ ਹੱਥ ਰੱਖੂੰਗਾ ਉੱਦਾਂ ਇਕੱਲਾ ਨਹੀਂ ਸੀ ਨਾ ਬਹਿ ਸਕਦਾ ਬੁਖਾਰ ਉਦੋਂ ਬਹੁਤ ਤੇਜ਼ ਸੀ ਹੁਣ ਤਾਂ ਸ਼ੁਕਰ ਸੁਣ ਗਿਆ ਨਹੀਂ ਤਾਂ ਫਿਰ ਨਹੀਂ ਨਹੀਂ ਹੁਣ ਅੱਲਾ ਕਰੇ ਨਾ ਬੁਖਾਰ ਦੀ ਦਵਾਈ ਦਿੱਤੀ ਹੈ ਕੁਛ ਠੀਕ ਹੋ ਗਿਆ ਅੱਜ ਮੈਂ ਆਟਾ ਫਰਿੱਜ ਵੀ ਨਹੀਂ ਬੰਨ ਕੇ ਰੱਖਿਆ ਅਤੇ ਉਹ ਠੰਡਾ ਹੋ ਗਿਆ ਨਾ ਫਿਰ ਰੋਟੀ ਸਹੀ ਬਣ ਜਾਂਦੀ ਹੈ ਬਸ ਇਸ ਕਰ ਜਾਣੀ ਚਾਹੀਦਾ ਰੋਈ ਜਾਂਦਾ ਸੀ ਖਰਾਬ ਲੱਗੀ ਅਤੇ ਮੈਂ ਫਟਾਫਟ ਹੋਣਾ ਅੱਛਾ ਜੀ ਸੁਬਹਾ ਦਾ ਟਾਈਮ ਬੱਚਿਆਂ ਨੂੰ ਨਾਸ਼ਤਾ ਕਰਾਇਆ ਅਤੇ ਸ਼ਾਨ ਅਲੀ ਔਰ ਰਿਹਾਨ ਅਲੀ ਸਕੂਲ ਚੱਲੇ ਨੇ ਅਤੇ ਫਰਹਾਨ ਅਲੀ ਬੁਖਾਰ ਬਹੁਤ ਜ਼ਿਆਦਾ ਬੁਖਾਰ ਆ ਅਤੇ ਇਸ ਕਰਕੇ ਹਾਂਜੀ ਫਿਰ ਆ ਕੇ ਕੰਮ ਕਰ ਲਾਂਗੇ ਇਕੱਲਾ ਨਹੀਂ ਪੈਂਦਾ ਠੀਕ ਆ ਬਹੁਤ ਤੇਜ਼ ਬੁਖਾਰ ਸੀ ਅੱਲਾਹ ਤਾਲਾ ਮੇਰੇ ਪੁੱਤ ਨੂੰ ਆਰਾਮ ਦੇਵੇ ਅਤੇ ਛੁੱਟੀ ਵੀ ਹੋ ਗਈ ਆ ਸਕੂਲੋਂ ਹੋ ਗਈ ਸਕੂਲੋਂ ਪਤਾ ਨਹੀਂ ਕੋਈ ਸ਼ਹਿਰ ਸੀ ਖਾਧੀ ਵੀ ਨਹੀਂ ਹਾਂਜੀ ਬਸ ਉਸ ਤਰ੍ਹਾਂ ਹੀ ਕੋਈ ਉੱਦਾਂ ਹੀ ਪਤਾ ਨਹੀਂ ਮੌਸਮ ਉੱਥੇ ਛੱਡੇ ਤੋਂ ਵੀ ਨਾ ਅੱਜ ਕੱਲ੍ਹ ਜੀ ਜੀ ਹਵਾ ਦੇ ਵਿੱਚ ਫਿਰ ਬੱਚਾ ਨਾ ਹਾਂਜੀ ਤਾਂ ਕੱਪੜੇ ਨਹੀਂ ਪਿਛਲੀ ਰਾਤ ਠੰਡ ਹੋ ਜਾਂਦੀ ਕੱਪੜਾ ਨਹੀਂ ਲੈਂਦੇ ਕੱਪੜਾ ਨਹੀਂ ਉੱਤੇ ਲੈਂਦੇ ਚਲੋ ਪੁੱਤ ਕੰਘਾ ਕਰ ਫਿਰ ਚਲੋ ਮਾਸ਼ਾ ਅੱਲਾ ਮੇਰੇ ਪੁੱਤ ਖੁਦ ਹੀ ਤਿਆਰੀ ਕਰ ਲੈਂਦੇ ਆ ਹੈ ਨਾ ਚੱਲ ਜਲਦੀ ਕਰ ਅਤੇ ਬੈਗ ਲੈ ਟਿਫਨ ਪਾ ਦਾਂ ਠੀਕ ਆ ਬੱਚੇ ਸਕੂਲੋਂ ਆ ਗਏ ਫਰਹਾਨ ਅਲੀ ਨਹੀਂ ਸੀ ਗਿਆ ਸ਼ਾਨ ਅਲੀ ਰਿਹਾਨ ਅਲੀ ਗਏ ਸੀ ਅਤੇ ਹੁਣ ਮੈਂ ਸਕੂਲੋਂ ਆਇਆ ਟਿਫਨ ਲੈ ਗਏ ਸੀ ਨਾਲ ਅਤੇ ਹੁਣ ਕਹਿੰਦੇ ਸੀ ਮੰਮਾ ਜੀ ਅਸੀਂ ਰੋਟੀ ਨਹੀਂ ਖਾਣੀ ਅਤੇ ਖਾ ਲਈ ਸੀ ਉੱਥੇ ਤਫਰੀ ਵੇਲੇ ਦੁੱਧ ਪੱਤੀ ਬਣਾਇਆ ਸੀ ਅਤੇ ਹੁਣ ਕਹਿੰਦੇ ਬਿਸਕੁਟ ਦੇ ਦਿਉ ਅਸੀਂ ਥੋੜ੍ਹੇ ਥੋੜ੍ਹੇ ਨਾਲ ਦੋ ਦੋ ਤਿੰਨ ਤਿੰਨ ਬਿਸਕੁਟ ਖਾ ਲਈਏ ਨਾਲ ਅਤੇ ਫਿਰ ਮੈਂ ਸਾਲਨ ਬਣਾਉਂਦੀ ਹਾਂ ਅਤੇ ਰੋਟੀ ਬਾਅਦ 'ਚ ਖਾ ਲੈਣਗੇ ਬੱਦਲ ਆ ਗਿਆ ਇੱਧਰ ਇੱਧਰਲੀ ਸਾਈਡ ਤੋਂ ਬੱਦਲ ਚੜਿਆ ਬਹੁਤ ਅਤੇ ਹਲਕੀਆਂ ਹਲਕੀਆਂ ਕਣੀਆਂ ਵੀ ਆਉਣ ਲੱਗ ਪਈਆਂ ਹਾਂਜੀ ਆ ਦੇਖ ਇੱਧਰ ਆਉਂਦੀਆਂ ਬਤਾ ਦੇਖੋ ਮੋਟੀਆਂ ਮੋਟੀਆਂ ਕਣੀਆਂ ਆਉਣ ਲੱਗ ਪਈਆਂ ਇੱਧਰੋਂ ਬੱਦਲ ਚੜ੍ਹਦਾ ਪਿਆ ਸੀ ਅੱਲਾ ਤਾਲਾ ਬਾਰਿਸ਼ ਪਾਵੇ ਆਪਣੀ ਰਹਿਮਤ ਦੀ ਅੱਜ ਪੁੱਤ ਹੁਣ ਝੱਟ ਆਰਾਮ ਕਰੋ ਚਲੋ ਹੁਣ ਲੇਟ ਲਾ ਦੌੜੀ ਨਾ ਫਿਰ ਥੱਕ ਜਾਊਂਗਾ ਬੱਦਲ ਬਣਿਆ ਹੋਇਆ ਠੰਡੀ ਠੰਡੀ ਹਵਾ ਚੱਲਦੀ ਪਈ ਆ ਅਤੇ ਸ਼ਾਨ ਅਲੀ ਬਾਹਰ ਨਿਕਲਿਆ ਸੀ ਮੈਂ ਇਹਨੂੰ ਦੇਖਣ ਆਈ ਸੀ ਚਲੋ ਬੇਟਾ ਵਜ਼ੂ ਕਰੋ ਅਤੇ ਟਿਊਸ਼ਨ ਦਾ ਟਾਈਮ ਹੋਇਆ ਅਤੇ ਚਲੋ ਠੀਕ ਆ ਆ ਜਾਓ ਬਾਈ ਨੂੰ ਰਹਿਣ ਦਿਓ ਤੁਸੀਂ ਦੋਨੋਂ ਚਲੇ ਜਾਓ ਹਾਂਜੀ